ਕੰਨ ਤੋੜਦੀਆਂ ਇਹ ਤਸਵੀਰਾਂ ਮੋਗਾ ਦੇ ਕਸਬਾ ਬਾਗਾ ਪੁਰਾਣਾ ਦੀਆਂ ਨੇ ਜਿੱਥੇ ਨਸ਼ੇੜੀ ਨੌਜਵਾਨਾਂ ਵੱਲੋਂ ਇੱਕ ਦੁਕਾਨ ਉੱਤੇ ਜੰਮ ਕੇ ਹੰਗਾਮਾ ਕੀਤਾ ਗਿਆ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਦੋ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਦੁਕਾਨ ਵਿੱਚ ਆਏ ਤੇ ਸਿਗਰਟ ਮੰਗਣ ਲੱਗੇ। ਸਿਗਰਟ ਖਰੀਦਣ ਤੋਂ ਬਾਅਦ ਦੋਵਾਂ ਨਸ਼ੇੜੀ ਨੌਜਵਾਨਾਂ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਉਹਨਾਂ ਨੂੰ ਦੁਕਾਨ ਵਿੱਚੋਂ ਬਾਹਰ ਜਾਣ ਲਈ ਕਿਹਾ ਤਾਂ ਉਹਨਾਂ ਨੇ ਪਹਿਲਾਂ ਖੁਦ ਦੁਕਾਨ ਦੇ ਸਮਾਨ ਦੀ ਭੰਨ ਤੋੜ ਕੀਤੀ ਤੇ ਫਿਰ ਆਪਣੇ ਸਾਥੀਆਂ ਨਾਲ ਮਿਲ ਕੇ ਹੰਗਾਮਾ ਕੀਤਾ ਤੇ ਉਸ ਦੇ ਭਰਾ ਸੋਨੂ ਗਰਗ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਜ਼ੇਰੇ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ। ਕਾਰਨ ਜੀ, ਬਸ ਦੋ ਜਣੇ ਆਏ ਸਾਹਮਣੇ ਮੰਤਲੀ ਗੜੀ 'ਚ ਹੈਗੇ ਆ, ਦੋ ਬਈਏ ਜੇ ਆ। ਅੱਛਾ। ਮੈਂ ਉਹਨਾਂ ਨੂੰ ਵਾਈਫ ਇਸ ਜਾਣਦਾ, ਬਾਕੀ ਬੰਦੇ ਤੇ ਹੋਰ ਜਾਣਦੇ ਹੋਣਗੇ ਇਹਨਾਂ ਨੂੰ। ਤੇ ਉਹ ਅੰਦਰ ਆਏ, ਬਸ ਅੰਦਰ ਆ ਕੇ ਉਹਨਾਂ ਨੇ ਸਾਈਡ ਮੰਗੀ, ਮੈਂ ਸਾਈਡ ਦੇ ਦਿੱਤੀ। ਉਹ ਖਾਧੀ ਪੀਤੀ ਸੀ ਉਹਨਾਂ, ਦਾਰੂ ਦਰੂ ਪੀਤੀ ਸੀ ਦੋਨਾਂ ਜਣਾਂ ਦੀ। ਉਹਨਾਂ ਨੇ ਗਾਲੀ ਗਲੋਚ ਕੀਤੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਖਾਧੀ ਪੀਤੀ ਹੈ, ਤੁਸੀਂ ਚਲੇ ਜਾਓ, ਵੀ ਗਾਲੀ ਗਲੋਚ ਨਾ ਕਰੋ, ਵੀ ਆਪਾਂ ਸਵੇਰੇ ਗੱਲ ਕਰਾਂਗੇ, ਇਹ ਕੰਮ ਗਲਤ ਹੈ, ਗਾਲੀ ਗਲੋਚ ਵਾਲਾ। ਫਿਰ ਉਹ ਬੋਲੀ ਕੇ ਅਸੀਂ ਉਹਨਾਂ ਨੂੰ ਬਾਹਰ ਭੇਜਿਆ। ਉਹਨਾਂ ਨੂੰ ਬਾਹਰ ਜਾ ਕੇ ਉਹਨਾਂ ਨੇ ਪਤਾ ਨਹੀਂ ਕਿੰਨਾ 10-15 ਬੰਦਿਆਂ ਨੂੰ ਬੁਲਾਇਆ, ਆਪਦੇ ਫਰੈਂਡ ਯਾਰ ਦੋਸਤ ਹੋਣੇ, ਉਹਨਾਂ ਦੇ ਕੋਈ ਹੋਰ ਹੋਣੇ ਆ, ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਇੱਥੇ ਅੰਦਰ ਆ ਕੇ ਸਾਰੇ ਇੱਕੋ ਦਮ ਹਮਲਾ ਕਰਤਾ ਸਾਡੇ 'ਤੇ। ਭਰਾ ਨਾਲ ਸਿਰ 'ਚ ਉਹਦੇ ਮਾਰਿਆ, ਦਸਤਾ ਜਿਹਾ ਲੈ ਕੇ ਆਏ ਸੀਗੇ, ਉਹਦੇ ਸਿਰ 'ਚ ਮਾਰਿਆ ਅਤੇ ਕਾਫੀ ਖੂਨ ਖਾਨ ਨਿਕਲਿਆ ਉਹਦਾ। ਫਿਰ ਉਹਨਾਂ ਨੇ ਅੰਡੇ ਉਂਡੇ ਭੰਨੇ ਅਤੇ ਕਾਫੀ ਨੁਕਸਾਨ ਕੀਤਾ। ਕਿੰਨਾ ਨੁਕਸਾਨ ਕਿੰਨਾ ਕੁ ਹੋਇਆ? ਨੁਕਸਾਨ ਕਾਫੀ ਹੋ ਗਏ ਆ, ਤੁਹਾਡੇ ਸਾਹਮਣੇ ਹੀ ਦੇਖੋ, ਬੁਰਾ ਹਾਲ ਕੀਤਾ ਪਿਆ ਸਾਰੇ ਸਮਾਨ ਦਾ। ਦੁਕਾਨਦਾਰੀ ਆ ਅਤੇ ਥਾਣੇ ਰਿਪੋਰਟ ਦਿੱਤੀ ਤੁਸੀਂ? ਥਾਣੇ ਰਿਪੋਰਟ ਦਿੱਤੀ ਹੈ ਜੀ, ਹਾਂਜੀ। ਅਤੇ ਕਿੱਥੇ ਭਰਾ ਨੂੰ ਹੁਣ ਤੇਰੇ ਨੂੰ ਲੈ ਗਏ? ਸਰਕਾਰੀ ਹਸਪਤਾਲ ਲੈ ਗਏ, ਉਹਦੇ ਸਿਰ 'ਚ ਕਾਫੀ ਸੱਟ ਆਈ, ਖੂਨ ਨਿਕਲੀ ਜਾਂਦਾ। ਮੋਗੇ? ਅੱਛਾ, ਮੋਗੇ ਲੈ ਗਏ? ਸ਼ਹਿਰ ਮੋਗੇ ਲੈ ਕੇ ਜਾਣਗੇ, ਹਾਂਜੀ। ਉਹ ਕਹਿੰਦੇ ਸੀ ਮੋਗੇ ਲੈ ਕੇ ਜਾਣਾ ਪਊਗਾ, ਸੱਟ ਜ਼ਿਆਦਾ ਹੈ। ਫਿਲਹਾਲ ਦੁਕਾਨਦਾਰ ਵੱਲੋਂ ਉਕਤ ਦੋਸ਼ੀਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮੋਗਾ ਤੋਂ ਵਿਪਨ ਓਂਕਾਰਾ, ਜਗਬਾਣੀ ਟੀਵੀ।